सर मैं दोबारा भी पढ़ाई चल रही है ऑनलाइन क्लास नहीं 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 संदीप जी मेरे ब्रदर ने मैनू फोन किया कि इतना बड़ी मंदभागी घटना हुई है, माँ की कंडीशन बहुत बुरा हाल से, पर साढ़े इतने बड़े उमदा ऑफिसर चरणजीत जी ने स्थिति को संभालिया, पूरा परिवार फट के भया होया, मुंडा हले पकड़े च नहीं आया हूँ, पर थानू भी सबनों पता है कि इनकी की पॉक्सो च आंदा है, इन फड़ लेना जिते मर्जी भज लवे। मैडम एक गिरफ्तार नहीं होया लगा फड़िया जाएगा, LOC जारी करन लगी है पुलिस, फड़िया जाएगा, कितने भज के जाएगा, कितने नहीं भज के जा सकता, पूरी नजर हैगी है। वो आप बड़े संजीदा ने देखो, इतवार वाले दिन मैनू भी रात जिवें ही पता लग्या जी, सारिया ने वरीड है कि यह कुछ जो हम हादसे हो रहे हैं इनके पिछे कौन जिम्मेदार है, बहुत इनके काम करने की जरूरत है। जड़ा पंजाब सरकार ने ही और इनिशिएटिव राजस्थान सरकार ने थले लिता से कि 12 साल के थले बच्चों का, तुम सबको पता ही है इन बारे चप्पा की बार बार गल करनी, बट बहुत मनभाग की घटना है साढ़े समाज लिए, साढ़े छोटे आप देवी के रूप जिन्हें बच्चों पूजते हैं जिन्होंने इस चीज़ का कुछ पता भी नहीं, लैना देना भी नहीं, यह कुछ जड़े लोगों फड़ के जल्दी भज गया हूँ, पूरा परिवार पुलिस अपना पूरा रोल निभा रही है, पूरा परिवार इनका फड़ के भाया हुआ है, उम्मीद है छेती फड़ लिता जाएगा। एक मैडम परिवार नु धमकियां देने का भी आ रहा है कि परिवार नु धमकियां मिल रही हैं लग रहे होंगे हाँ जी DSP साहब डेली इस चीज़ को मॉनिटर कर रहे हैं जी सर। इस तो अलावा जो पंजाब सरकार की पंजाब विक्टिम कंपनसेशन स्कीम है उसके तहत भी कागज सारे तैयार हैं, कोई भी इदा का विक्टम होंगे उन्होंने घट्टो घट्ट 2 लाख वो तो वह 7 लाख की जी माइक मदद हैगी है जी, उसकी स्टेट लीगल सर्विसिज अथॉरिटी की जाती है, वो सारे कागज तैयार ने वो भी किया जाएगा, परिवार की काउंसलिंग मैम ने सानू निर्देश दिए वो भी करवाई जाएगी, जो दोषी फड़न की गल कर रहे हो अभी बहुत नेड़े हैं जी, फड़ लेना
ਤੇ ਮੈਡਮ ਇੱਕ ਤੁਸੀਂ ਬਚ ਕੇ ਕਿਤੇ ਨਹੀਂ ਜਾਏਗਾ ਫੜਿਆ ਜਾਏਗਾ ਉਹ ਮੈਂ ਵੀ ਤੁਹਾਨੂੰ ਇਹ ਸਭ ਨੂੰ ਆਸ਼ਵਾਸਨ ਦੇਣੀ ਆ ਉਹਦਾ ਬੈਂਡ ਵੱਜ ਕੇ ਰਹੇਗਾ ਔਰ ਤੁਹਾਨੂੰ ਵੀ ਪਤਾ ਨਾ ਹੁੰਦੇ ਚ ਬੇਲ ਹੈ ਸਿੱਧਾ ਫਾਂਸੀ ਦੇ ਫੰਦਾ ਹੀ ਹੁੰਦੇ ਗੱਲੇ ਚ ਆਏਗਾ ਬਚੇਗਾ ਕਿੱਥੇ ਮੈਡਮ ਇੱਕ 23 ਤਰੀਕ ਨੂੰ ਤੁਸੀਂ ਆਏ ਸੀ ਜਗਰਾਉਂ ਜੀ ਪਹਿਲਾਂ ਉਹ ਕੇਸ ਦੇ ਵਿੱਚ ਕੀ ਬਣੇ ਸਿਟ ਬਣਾ ਦਿੱਤੀ ਸਿਟ ਬਣਾ ਦਿੱਤੀ ਬਣ ਗਈ ਉਹਦੀ ਸਿਟ ਇਨਕੁਆਇਰੀ ਹੋ ਰਹੀ ਹੈ ਜਲਦੀ ਉਹਦੇ ਚ ਵੀ ਡਿਸੀਜਨ ਨਿਕਲ ਕੇ ਤੁਹਾਨੂੰ ਪਤਾ ਇੰਨਾ 2005 ਦਾ ਮੈਟਰ ਪੁਰਾਣਾ ਪਿਆ ਹੋਇਆ ਹੈ ਤੇ ਇੰਨੀ ਲੰਬੀ ਇਨਵੈਸਟੀਗੇਸ਼ਨ ਹੈ ਨਾ ਉਦੋਂ ਮੈਂ ਇੱਥੇ ਸੀ ਨਾ ਸਾਡੇ ਆਫੀਸਰ ਇੱਥੇ ਸਨ ਤੇ ਇਹ ਇੰਨਾ ਲੰਬਾ ਪੁਰਾਣਾ ਮੈਟਰ ਹੈ ਪਰ ਚਲੋ ਬੱਚੀ ਦਾ ਮਾਮਲਾ ਹੈ ਜ਼ਰੂਰ ਜਸਟਿਸ ਹੋ ਮੈਮ ਤੁਸੀਂ ਉਹਦੇ ਚ ਬਹੁਤ ਵਧੀਆ ਇਨੀਸ਼ੀਏਟਿਵ ਲਿੱਤਾ ਸੀ ਪਰ ਜਿਹੜਾ ਪਰਿਵਾਰ ਹੈ ਜਾਂ ਉਹ ਤੁਹਾਡੇ ਸਾਹਮਣੇ ਵੀ ਬਾਅਦ ਦੇ ਮੀਡੀਆ ਦੇ ਵਿੱਚ ਵੀ ਉਹਨੇ ਕਿਹਾ ਵੀ ਕਮਿਸ਼ਨ ਦੇ ਵੱਸ ਕੁਝ ਨਹੀਂ ਹੈ ਉਹਨੇ ਕਮਿਸ਼ਨ ਤੇ ਬੜੀਆਂ ਉਂਗਲੀਆਂ ਚੱਕੀਆਂ ਨੇ ਇਹੋ ਜਿਹੇ ਲੋਕਾਂ ਦਾ ਹੁਣ ਲੋਕੋ ਦਾ ਕੰਮ ਹੈ ਨਾ ਕੁਝ ਤੋਂ ਕੋ ਲੋਕ ਕਹਿਣਗੇ ਮੈਂ ਇਸ ਚੀਜ਼ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ ਲੋਕੀ ਆਪਣਾ ਫਿਊਚਰ ਨਹੀਂ ਸੁਧਾਰਨਾ ਚਾਹੁੰਦੇ ਜਦ ਤੱਕ ਆਪਣਾ ਅੱਜ ਨਹੀਂ ਨਾ ਆਪਣਾ ਵਰਤਮਾਨ ਨਹੀਂ ਠੀਕ ਕਰਨਗੇ ਤੇ ਆਪਣਾ ਫਿਊਚਰ ਕਿਵੇਂ ਪਲਾਨ ਕਰੋਗੇ ਮੇਰੀ ਤੇ ਇੱਕ ਛੋਟੀ ਜਿਹੀ ਸ਼ੁਰੂਆਤ ਹੈ ਮਨੀਸ਼ਾ ਗੁਲਾਟੀ ਹਮੇਸ਼ਾ ਵੁਮਨ ਕਮਿਸ਼ਨ ਦੀ ਚੇਅਰ ਤੇ ਚਿਪਕ ਕੇ ਬੈਠਣ ਵਾਲੀ ਨਹੀਂ ਹੈਗੀ ਮੇਰਾ ਵੀ ਵਿਜ਼ਨ ਹੈ ਅੱਗੇ ਮੇਰਾ ਇਸ ਟਾਈਮ ਇੱਕੋ ਹੀ ਵਿਜ਼ਨ ਹੈ ਕਿ ਮੇਰਾ ਪੰਜਾਬ ਵਿੱਚ ਲਾਅ ਵਿੱਚ ਇਕੁਆਲਿਟੀ ਆਏ ਮਰਦਾਂ ਵਾਸਤੇ ਵੀ ਤੇ ਔਰਤਾਂ ਵਾਸਤੇ ਵੀ ਕਾਨੂੰਨ ਸਮਾਨਤਾ ਦਾ ਹੋਣਾ ਚਾਹੀਦਾ ਜਦੋਂ ਜਿਸ ਦਿਨ ਸਮਾਨ ਰੂਪ ਨਾਲ ਕਾਨੂੰਨ ਵਿੱਚ ਲਾਅ ਵਿੱਚ ਮਰਦਾਂ ਨੂੰ ਵੀ ਇਨਸਾਫ ਮਿਲਣ ਲੱਗ ਗਿਆ ਕੁੜੀਆਂ ਨੂੰ ਵੀ ਮਿਲਣ ਲੱਗ ਗਿਆ ਜਸਟਿਸ ਹੋਣ ਲੱਗ ਗਿਆ ਉਸ ਦਿਨ ਪੰਜਾਬ ਦਾ ਸਰੂਪ ਹੀ ਕੁਝ ਹੋ ਰਹੇਗਾ ਮੇਰਾ ਵਿਜ਼ਨ ਸਿਰਫ ਇੱਕੋ ਹੀ ਹੈ ਬਾਕੀ ਮੈਂ ਪਰਵਾਹ ਨਹੀਂ ਕਰਦੀ ਕਿ ਕੋਈ ਜੋ ਕੁਝ ਕਹਿ ਰਿਹਾ ਹੁਣ ਇਹ ਇੱਕਦਮ 2005 ਦਾ ਇੰਨਾ ਪੁਰਾਣਾ ਪੈਂਡਿੰਗ ਫੈਸਲਾ ਇੱਕਦਮ ਤੇ ਐਸਐਸਪੀ ਸਾਹਿਬ ਨੇ ਵੀ ਕੋਈ ਡਿਸੀਜਨ ਦੇਣਾ ਸੀ ਹੋਰ ਕਮਿਸ਼ਨ ਦਾ ਵੀ ਸਮਝਣਾ ਵੀ ਪਏਗਾ ਸਮਝਾਣਾ ਵੀ ਪਏਗਾ ਕਮਿਸ਼ਨ ਦਾ ਰੋਲ ਕੀ ਹੈ ਕਮਿਸ਼ਨ ਦਾ ਰੋਲ ਕੋਈ ਜਜਮੈਂਟ ਦੇਣਾ ਨਹੀਂ ਹੈ ਮੈਂ ਕੋਈ ਜਜਮੈਂਟ ਨਾ ਮੈਂ ਦੇ ਸਕਦੀ ਹਾਂ ਨਾ ਐਸਐਸਪੀ ਸਾਹਿਬ ਦੇ ਸਕਦੇ ਨੇ ਇਹੋ ਜਿਹੜੇ ਮੈਟਰ ਕੋਰਟ ਵਿੱਚ ਨੇ ਐਸਸੀ ਕਮਿਸ਼ਨ ਦੇਖ ਰਿਹਾ ਇੰਨਾ ਪੁਰਾਣਾ ਮੈਟਰ ਹੈ ਇਹਦੇ ਤੇ ਗਹਿਨ ਇਨਵੈਸਟੀਗੇਸ਼ਨ ਔਰ ਸਿੱਟ ਬਿਠਾ ਦਿੱਤੀ ਗਈ ਹੈ।